12 ਮਈ 1833 ਨੂੰ ਇੱਕ ਰਹੱਸਮਈ ਸ਼ਿਪ ਅਮਰੀਕਾ ਤੋਂ ਨਿਕਲਿਆ ਤੇ 4 ਮਹੀਨੇ ਦੀ ਜਰਨੀ ਤੋਂ ਬਾਅਦ 6 ਸਤੰਬਰ 1833 ਨੂੰ ਭਾਰਤ ਪਹੁੰਚਿਆ ਤੇ ਜਦੋਂ ਇਹ ਸਮਾਨ ਨੂੰ ਬਾਹਰ ਕੱਢਣ ਦੀ ਵਾਰੀ ਆਈ ਤਾਂ ਮਜ਼ਦੂਰ ਡਰ ਗਏ। ਉਹਨਾਂ ਨੇ ਮਨਾ ਕਰ ਦਿੱਤਾ ਕਿਉਂਕਿ ਉਹਨਾਂ ਨੂੰ ਲੱਗਿਆ ਕਿ ਇਹ ਸਾਰਾ ਸਮਾਨ ਸ਼ਰਾਪਿਤ ਹੈ। ਸੋ ਕੀ ਤੁਹਾਨੂੰ ਪਤਾ ਕਿ ਕੈਪਸੀਕਮ ਨੂੰ ਸ਼ਿਮਲਾ ਮਿਰਚ ਕਿਉਂ ਕਿਹਾ ਜਾਂਦਾ ਹੈ ਤੇ ਕਿਸੇ ਸਮੇਂ ਇੰਡੀਆ ਵਿੱਚ ਬਰਫ਼ US ਤੋਂ ਮੰਗਾਈ ਜਾਂਦੀ ਸੀ ਤੇ ਅੱਖਾਂ ਬੰਦ ਕਰਨ ਤੋਂ ਬਾਅਦ ਜਿਹੜਾ ਤੁਹਾਨੂੰ ਹਨੇਰਾ ਦਿਖਦਾ ਉਹ ਬਲੈਕ ਕਲਰ ਨਹੀਂ ਹੁੰਦਾ ਤੇ ਉਹ ਕਿਹੜਾ ਕਲਰ ਹੁੰਦਾ ਹੈ। ਇੱਦਾਂ ਦੇ ਹੋਰ ਬਹੁਤ ਸਾਰੇ ਇੰਟਰਸਟਿੰਗ ਫੈਕਟਸ ਨੇ ਜਿਨ੍ਹਾਂ ਬਾਰੇ ਅੱਜ ਆਪਾਂ ਗੱਲ ਕਰਨ ਵਾਲੇ ਹਾਂ ਤੇ ਇੰਡੀਆ ਦਾ ਸਭ ਤੋਂ ਪੁਰਾਣਾ ਕੇਸ ਕਿਹੜਾ ਹੈ ਤੇ ਕਿੰਨੇ ਸਾਲ ਲੱਗ ਗਏ ਇਸ ਨੂੰ ਸੋਲਵ ਹੋਣ ਲਈ। ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ, ਸੋ ਪੰਜਾਬ ਮਿੰਟ ਵੀ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੇ ਅੱਜ ਆਪਾਂ ਗੱਲ ਕਰਾਂਗੇ ਇੰਟਰਸਟਿੰਗ ਫੈਕਟਸ ਬਾਰੇ। ਸੋ ਇਸ ਤਰ੍ਹਾਂ ਦੀਆਂ ਹੋਰ ਬਹੁਤ ਸਾਰੀਆਂ ਡੂੰਘੀਆਂ ਜਾਣਕਾਰੀਆਂ ਬਾਰੇ ਗੱਲ ਕਰਾਂਗੇ ਜੋ ਸ਼ਾਇਦ ਤੁਹਾਨੂੰ ਪਹਿਲਾਂ ਨਹੀਂ ਪਤਾ ਹੋਣਗੀਆਂ। ਸੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ, ਸਾਡੇ ਦੇਸ਼ ਵਿੱਚ ਹਰ ਰੋਜ਼ ਹਜ਼ਾਰਾਂ ਕੇਸ ਕੋਰਟ ਵਿੱਚ ਫਾਈਲ ਹੁੰਦੇ ਨੇ, ਪਰ ਕੀ ਤੁਹਾਨੂੰ ਪਤਾ ਹੈ ਕਿ ਇੰਡੀਆ ਦਾ ਸਭ ਤੋਂ ਪੁਰਾਣਾ ਕੇਸ ਕਿਹੜਾ ਹੈ? ਨੈਸ਼ਨਲ ਜੁਡੀਸ਼ਰੀ ਦੇ ਡਾਟੇ ਅਨੁਸਾਰ ਸਭ ਤੋਂ ਪੁਰਾਣਾ ਕੇਸ ਬਹਿਰਾਮਪੁਰ ਬੈਂਕ ਕੇਸ ਹੈ। ਇਹ ਕੇਸ 1951 ਤੋਂ ਚੱਲਦਾ ਆ ਰਿਹਾ ਹੈ ਤੇ 2023 ਦੀ ਜਨਵਰੀ ਵਿੱਚ ਜਾ ਕੇ ਸੋਲਵ ਹੋਇਆ। ਹੋਰ ਤਾਂ ਹੋਰ, ਜਿਹੜੇ ਜੱਜ ਨੇ ਇਹ ਕੇਸ ਦਾ ਫੈਸਲਾ ਸੁਣਾਇਆ ਉਹ ਖੁਦ ਇਹ ਕੇਸ ਤੋਂ 10 ਸਾਲ ਬਾਅਦ ਪੈਦਾ ਹੋਇਆ ਸੀ। ਇਹ ਕੇਸ ਹੈ ਕੀ ਸੀ? ਜੇਕਰ ਇਸ ਬਾਰੇ ਗੱਲ ਕਰੀਏ ਤਾਂ ਇਹ ਕੇਸ ਬੈਂਕ ਨੇ ਕਰਜ਼ਦਾਰਾਂ ਦੇ ਦਿਵਾਲੀਆ ਹੋਣ ਤੇ ਉਹਨਾਂ ਤੋਂ ਪੈਸੇ ਲੈਣ ਦਾ ਕੇਸ ਪਾ ਦਿੱਤਾ, ਜਿਸ ਨੂੰ ਚੁਣੌਤੀ ਦੇਣ ਲਈ ਕਰਜ਼ਦਾਰ ਵੀ ਅਦਾਲਤ ਵਿੱਚ ਆ ਗਏ ਤੇ ਇਹ ਕੇਸ 72 ਸਾਲ ਦੇ ਕਰੀਬ ਚੱਲਿਆ ਤੇ ਹੁਣ ਜਾ ਕੇ ਬੈਂਕ ਆਖਿਰ ਵਿੱਚ ਜਿੱਤ ਗਿਆ ਤੇ ਇਸ ਤੋਂ ਬਾਅਦ 1952 ਵਿੱਚ ਇੱਕ ਹੋਰ ਕੇਸ ਅਦਾਲਤ ਵਿੱਚ ਆਇਆ, ਉਹ ਵੀ ਅੱਜ ਤੱਕ ਕਿਸੇ ਨਤੀਜੇ ਤੇ ਨਹੀਂ ਪਹੁੰਚਿਆ ਤੇ ਇਹ ਫੈਕਟ ਸਾਡੇ ਦੇਸ਼ ਦੀ ਨਿਆਂ ਪ੍ਰਣਾਲੀ ਨੂੰ ਦਿਖਾਉਂਦਾ ਹੈ। ਸੋ ਅੱਗੇ ਗੱਲ ਕਰਦੇ ਹਾਂ, ਮਾਰਕ ਸਪਿਟਸ 9 ਵਾਰ ਓਲੰਪਿਕ ਚੈਂਪੀਅਨਸ਼ਿਪ ਦੇ ਜੇਤੂ ਰਹੇ ਸੀ। ਇਹ ਓਲੰਪਿਕ ਵਿੱਚ ਸਵੀਮਿੰਗ ਦੀ ਖੇਡ ਖੇਡਦੇ ਸੀ ਤੇ 1972 ਵਿੱਚ ਇਸ ਨੂੰ ਇੱਕ ਰਸ਼ੀਅਨ ਸਵਿਮ ਟੀਮ ਦੇ ਕੋਚ ਨੇ ਇਹ ਪੁੱਛਿਆ ਕਿ ਤੁਸੀਂ ਇੰਨੀ ਜ਼ਿਆਦਾ ਸਪੀਡ ਵਿੱਚ ਕਿਵੇਂ ਤੈਰ ਲੈਂਦੇ ਹੋ ਤਾਂ ਮਾਰਕ ਨੇ ਫਿਰ ਮਜ਼ਾਕ ਵਿੱਚ ਉਸ ਨੂੰ ਕਹਿ ਦਿੱਤਾ ਕਿ ਮੇਰੀਆਂ ਮੁੱਛਾਂ ਹੀ ਮੈਨੂੰ ਤੇਜ਼ ਤੈਰਨ ਵਿੱਚ ਮਦਦ ਕਰਦੀਆਂ ਨੇ ਤੇ ਉਹ ਇਹ ਚੀਜ਼ ਨੂੰ ਸੀਰੀਅਸ ਲੈ ਗਈ ਤੇ ਇਸ ਕਰਕੇ ਅਗਲੇ ਸਾਲ ਰਸ਼ੀਆ ਦੇ ਸਾਰੇ ਤੈਰਾਕ ਓਲੰਪਿਕ ਵਿੱਚ ਮੁੱਛਾਂ ਰੱਖ ਕੇ ਆ ਗਏ ਸੀ। ਉਹਨਾਂ ਦਾ ਮੰਨਣਾ ਸੀ ਕਿ ਮੁੱਛ ਮੂੰਹ ਤੋਂ ਪਾਣੀ ਨੂੰ ਹਟਾ ਦਿੰਦੀ ਹੈ ਜਿਸ ਨਾਲ ਸਪੀਡ ਵਿੱਚ ਵਾਧਾ ਹੁੰਦਾ ਹੋਵੇਗਾ ਤੇ ਇਹ ਇਸ ਤਰ੍ਹਾਂ ਉਸ ਸਮੇਂ ਮਾਰਕ ਨੇ ਰਸ਼ੀਆ ਦੇ ਪਲੇਅਰਸ ਨਾਲ ਪ੍ਰੈਂਕ ਕਰ ਦਿੱਤਾ ਸੀ ਜਦਕਿ ਉਹ ਆਪਦੀ ਮਿਹਨਤ ਨਾਲ ਜਿੱਤਦਾ ਆ ਰਿਹਾ ਸੀ। ਸੋ ਅੱਗੇ ਗੱਲ ਕਰਦੇ ਹਾਂ ਫਾਇਰ ਹਾਈਡਰੈਂਟ ਜੋ ਕਿ ਅੱਗ ਬੁਝਾਉਣ ਵਾਲਾ ਯੰਤਰ ਹੈ। ਇਹ ਬਾਹਰਲੇ ਦੇਸ਼ਾਂ ਵਿੱਚ ਹਰ ਜਗ੍ਹਾ ਆਮ ਹੀ ਦੇਖਣ ਨੂੰ ਮਿਲ ਜਾਂਦਾ ਹੈ ਜਿਸ ਵਿੱਚ ਪਾਈਪ ਲਗਾ ਕੇ ਅੱਗ ਨੂੰ ਬੁਝਾਇਆ ਜਾਂਦਾ ਹੈ। ਇਸ ਚੀਜ਼ ਦਾ ਅਵਿਸ਼ਕਾਰ ਕਿਸਨੇ ਕੀਤਾ ਇਹ ਕਿਸੇ ਨੂੰ ਵੀ ਨਹੀਂ ਪਤਾ ਕਿਉਂਕਿ ਇਸ ਦੇ ਪੇਟੈਂਟ ਅੱਗ ਲੱਗਣ ਕਾਰਨ ਹੀ ਜਲ ਗਏ ਸੀ ਤੇ ਅੱਜ ਤੱਕ ਕਿਸੇ ਨੂੰ ਵੀ ਪਤਾ ਨਹੀਂ ਕਿ ਇਸ ਦੀ ਖੋਜ ਕਿਸਨੇ ਕੀਤੀ ਸੀ। ਇਹ ਕਾਗਜ਼ 1836 ਵਿੱਚ ਜਲ ਗਏ ਸੀ ਤੇ ਫਿਰ US ਨੇ ਇਸ ਤੋਂ ਬਾਅਦ ਇਸ ਦਾ ਪੇਟੈਂਟ 1838 ਵਿੱਚ ਜੌਨ ਜਾਰਡਨ ਨੂੰ ਦੇ ਦਿੱਤਾ ਸੀ। ਕਮਾਲ ਦੀ ਗੱਲ ਹੈ ਕਿ ਅੱਗ ਬੁਝਾਉਣ ਵਾਲੇ ਯੰਤਰ ਦੇ ਕਾਗਜ਼ ਅੱਗ ਨਾਲ ਹੀ ਜਲ ਗਏ ਤੇ ਜੌਨ ਨੂੰ ਇਸ ਦੇ ਪੇਟੈਂਟ ਇਸ ਕਰਕੇ ਦੇ ਦਿੱਤੇ ਗਏ ਕਿਉਂਕਿ ਇਸ ਨੇ ਇਸ ਵਿੱਚ ਕੁਝ ਜ਼ਰੂਰੀ ਇੰਪਰੂਵਮੈਂਟ ਕੀਤੀਆਂ ਸੀ, ਪਰ ਅਸਲੀ ਬੰਦਾ ਇਸ ਨੂੰ ਖੋਜਣ ਵਾਲਾ ਕੌਣ ਸੀ ਇਸ ਬਾਰੇ ਪਤਾ ਨਹੀਂ ਲੱਗਿਆ। ਸੋ ਅੱਗੇ ਗੱਲ ਕਰਦੇ ਹਾਂ, ਹਾਇਰਮ ਮੈਕਸਿਮ ਆਟੋਮੈਟਿਕ ਮਸ਼ੀਨ ਗਨ ਨੂੰ ਇਨਵੈਂਟ ਕਰਨ ਵਾਲਾ ਬੰਦਾ ਸੀ। ਇਸ ਨੇ 1884 ਵਿੱਚ ਮਸ਼ੀਨ ਗਨ ਦੀ ਖੋਜ ਕੀਤੀ ਸੀ। ਇਸ ਨੇ ਮਸ਼ੀਨ ਗਨ ਦੀ ਇੰਨੀ ਟੈਸਟ ਫਾਇਰਿੰਗ ਕੀਤੀ ਕਿ ਇਹ ਬੋਲਾ ਹੋ ਗਿਆ ਕਿਉਂਕਿ ਹੱਦ ਤੋਂ ਵੱਧ ਗੋਲੀਆਂ ਦੀ ਆਵਾਜ਼ ਇਨਸਾਨ ਨੂੰ ਬੋਲਾ ਕਰ ਦਿੰਦੀ ਹੈ ਤੇ ਇਸ ਨੂੰ ਦੇਖਦੇ ਹੋਏ ਇਸ ਦੇ ਮੁੰਡੇ ਹਾਇਰਮ ਪਰਸੀ ਮੈਕਸਿਮ ਨੇ 1902 ਵਿੱਚ ਇੱਕ ਅਜਿਹੀ ਚੀਜ਼ ਦੀ ਇਨਵੈਂਸ਼ਨ ਕੀਤੀ ਜੋ ਉਸਦੇ ਪਿਤਾ ਲਈ ਮੁਸ਼ਕਲ ਬਣੀ ਹੋਈ ਸੀ। ਹਾਇਰਮ ਪੈਰਸੀ ਨੇ ਅਸਲ ਵਿੱਚ ਗਨ ਦੇ ਅੱਗੇ ਲੱਗਣ ਵਾਲੀ ਸਾਇਲੈਂਸਰ ਦਾ ਅਵਿਸ਼ਕਾਰ ਕੀਤਾ। ਉਸ ਨੂੰ ਇਹ ਪ੍ਰੋਬਲਮ ਪਤਾ ਲੱਗੀ ਕਿ ਜੇ ਮੇਰੇ ਪਿਤਾ ਨੂੰ ਇਹ ਗਨ ਬੋਲਾ ਕਰ ਸਕਦੀ ਹੈ ਤਾਂ ਹੋਰ ਲੋਕਾਂ ਨੂੰ ਵੀ ਇਹ ਪ੍ਰੋਬਲਮ ਜ਼ਰੂਰ ਆਵੇਗੀ ਤੇ ਫਿਰ ਉਸਦੇ ਸਾਇਲੈਂਸਰ ਬਣਾਉਣ ਤੋਂ ਬਾਅਦ ਹੀ ਹੋਰ ਗੰਨਾਂ ਲਈ ਵੀ ਸਾਇਲੈਂਸਰ ਬਣਾਏ ਗਏ ਤੇ ਇਸ ਤਰ੍ਹਾਂ ਪਿਓ ਪੁੱਤ ਨੇ ਦੋ ਵੱਡੇ ਅਵਿਸ਼ਕਾਰ ਕੀਤੇ। ਸੋ ਅੱਗੇ ਗੱਲ ਕਰਦੇ ਹਾਂ, ਜਦੋਂ ਅਸੀਂ ਅੱਖਾਂ ਬੰਦ ਕਰਦੇ ਹਾਂ ਤਾਂ ਸਾਨੂੰ ਜੋ ਹਨੇਰਾ ਦਿਖਾਈ ਦਿੰਦਾ ਹੈ ਤੇ ਬਹੁਤ ਸਾਰੇ
ਸਾਰੇ ਲੋਕ ਉਸ ਨੂੰ ਕਾਲਾ ਰੰਗ ਸਮਝ ਲੈਂਦੇ ਨੇ, ਪਰ ਅਸਲ ਵਿੱਚ ਇਹ ਕਾਲਾ ਰੰਗ ਨਹੀਂ ਹੁੰਦਾ, ਇਹ ਗੂੜਾ ਭੂਰਾ ਰੰਗ ਹੁੰਦਾ ਹੈ। ਇਸ ਦਾ ਇੱਕ ਨਾਮ ਆਈਗਨ ਗਰੋਬ ਹੀ ਹੈ ਅਤੇ ਜਰਮਨ ਭਾਸ਼ਾ ਵਿੱਚ ਇਸ ਦਾ ਅਰਥ ਹੈ ਅੰਤਾਂ ਦਾ ਗ੍ਰੀ। ਇਹ ਸਾਡੀਆਂ ਅੱਖਾਂ ਉਦੋਂ ਦੇਖਦੀਆਂ ਨੇ ਜਦੋਂ ਅਸੀਂ ਚਾਨਣੇ ਅਤੇ ਹਨੇਰੇ ਵਿੱਚ ਤਾਲਮੇਲ ਬਿਠਾ ਲੈਂਦੇ ਹਾਂ। ਇਸ ਰੰਗ ਦੀ ਖੋਜ ਜਰਮਨ ਫਿਲਾਸਫਰ ਗੁਸਤਾਫ ਫੈਚਨਰ ਨੇ ਕੀਤੀ ਸੀ ਅਤੇ ਬਹੁਤ ਸਾਰੇ ਲੋਕ ਜ਼ਿਆਦਾਤਰ ਇਸ ਨੂੰ ਕਾਲਾ ਰੰਗ ਹੀ ਸਮਝਦੇ ਹੋਣਗੇ। ਸੋ ਅੱਗੇ ਗੱਲ ਕਰਦੇ ਹਾਂ ਕਿ ਤੁਸੀਂ ਖਿਡਾਰੀਆਂ ਦੇ ਸਕੋਰ ਦਾ ਅੰਦਾਜ਼ਾ ਲਾਉਣ ਵਿੱਚ ਚੰਗੇ ਹੋ ਪਰ ਫਿਰ ਵੀ ਤੁਸੀਂ ਵਿਨ ਨਹੀਂ ਕਰ ਰਹੇ, ਕਿਸੇ ਵੀ ਫੈਂਟਸੀ ਗੇਮ ਵਿੱਚ ਆਪਣੀ ਪੂਰੀ ਸ਼ਮਤਾ ਦਾ ਯੂਜ਼ ਨਹੀਂ ਕਰ ਪਾ ਰਹੇ, ਤਾਂ ਤੁਸੀਂ ਸਪੋਟੀਗੋ ਕ੍ਰਿਕਟ ਟ੍ਰੇਡਿੰਗ ਪਲੇਟਫਾਰਮ ਨੂੰ ਡਾਊਨਲੋਡ ਕਰ ਸਕਦੇ ਹੋ। ਸੋ ਜੇਕਰ ਤੁਸੀਂ ਆਪਣੇ ਪਸੰਦੀਦੀਆਂ ਟੀਮਾਂ ਨਾਲ ਮੈਚ ਖੇਡਣ ਵਿੱਚ ਉਤਸ਼ਾਹਿਤ ਹੋ ਤਾਂ ਇਹ ਸਪੋਟੀਗੋ ਜਿੱਥੇ ਤੁਸੀਂ IPL ਦੇ ਮੈਚਾਂ ਦੌਰਾਨ ਇੱਥੇ ਟ੍ਰੇਡ ਆਨ ਕਰ ਸਕਦੇ ਹੋ ਅਤੇ ਆਪਣੇ ਪਸੰਦੀਦਾ ਖਿਲਾੜੀ ਦੇ ਖੇਲ ਦੇ ਦੌਰਾਨ ਉਹਨਾਂ ਦੇ ਪ੍ਰਦਰਸ਼ਨ ਅਤੇ ਵਿਨ ਨੂੰ ਪ੍ਰੋਡਿਕਟ ਕਰ ਸਕਦੇ ਹੋ। ਸੋ ਤੁਸੀਂ ਬਸ ਸਪੋਟੀਗੋ ਐਪ ਡਾਊਨਲੋਡ ਕਰਕੇ ਸਾਈਨ ਅਪ ਕਰਨਾ ਹੈ ਅਤੇ ਆਪਣੀ ਟ੍ਰੇਡਿੰਗ ਜਰਨੀ ਦੀ ਸ਼ੁਰੂਆਤ ਕਰਨ ਲਈ ਤੁਹਾਨੂੰ ਤੁਰੰਤ 100 ਰੁਪੀਜ਼ ਦਾ ਬੋਨਸ ਪ੍ਰਾਪਤ ਹੋਵੇਗਾ। ਸੋ ਇਹ ਐਪ ਤੁਹਾਨੂੰ ਪਲੇਅਰਸ ਦਾ ਪੋਰਟਫੋਲੀਓ ਦਿਖਾਉਂਦਾ ਹੈ ਜਿੱਥੇ ਤੁਸੀਂ ਪਲੇਅਰਸ ਦੀ ਪਰਫਾਰਮੈਂਸ ਐਨਾਲਾਈਜ਼ਿੰਗ ਕਰ ਸਕਦੇ ਹੋ, ਮਤਲਬ ਪਲੇਅਰਸ ਦੀ ਪਰਫਾਰਮੈਂਸ ਨੂੰ ਦੇਖ ਕੇ ਸਮਾਰਟਲੀ ਟ੍ਰੇਡ ਕਰਕੇ ਬਿਗ ਵਿਨ ਕਰ ਸਕਦੇ ਹੋ। ਸੋ ਇੱਥੇ ਫਾਸਟ ਡਿਪੋਜ਼ਿਟ ਅਤੇ ਫਾਸਟ ਵਿਦਡਰਾਅ ਮਿਲੇਗਾ ਅਤੇ ਪਲੇਅਰਸ ਦਾ ਪੋਰਟਫੋਲੀਓ ਵੀ ਤੁਸੀਂ ਖੁਦ ਕ੍ਰੀਏਟ ਕਰ ਸਕਦੇ ਹੋ। ਸੋ ਦਿਸ ਇਜ਼ ਲਾਈਕ ਫੈਂਟੇਸੀ ਕ੍ਰਿਕਟ ਪਰ ਲਾਈਵ ਮੈਚ ਦੇ ਦੌਰਾਨ ਰੀਅਲ ਟਾਈਮ ਐਕਸ਼ਨ ਦੇ ਨਾਲ। ਸੋ ਡੋਂਟ ਵੇਟ ਐਨੀਮੋਰ। ਸੋ ਤੁਸੀਂ ਸਪੋਟੀਕੋ ਅਤੇ ਵਿਨਰਸ ਲੀਗ ਵਿੱਚ ਸ਼ਾਮਲ ਹੋ ਸਕਦੇ ਹੋ ਅਤੇ ਆਪਣੇ ਪੈਸ਼ਨ ਨੂੰ ਨਾਮਾਂ ਵਿੱਚ ਬਦਲ ਸਕਦੇ ਹੋ। ਸੋ IPL ਦੇਖਣ ਦੇ ਨਾਲ ਨਾਲ ਤੁਸੀਂ ਆਪਣੇ ਲਈ ਵੀ ਰਿਵਾਰਡਸ ਜਿੱਤ ਸਕਦੇ ਹੋ। ਸੋ ਖੇਲ ਔਨ ਟ੍ਰੇਡ ਔਨ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ 'ਚ ਮਿਲ ਜਾਵੇਗਾ, ਉੱਥੋਂ ਡਾਊਨਲੋਡ ਕਰ ਸਕਦੇ ਹੋ। ਸੋ ਅੱਗੇ ਗੱਲ ਕਰਦੇ ਹਾਂ 12 ਮਈ 1833 ਨੂੰ ਇੱਕ ਰਹੱਸਮਈ ਸ਼ਿਪ ਅਮੈਰੀਕਾ ਤੋਂ ਨਿਕਲਿਆ ਅਤੇ 4 ਮਹੀਨੇ ਦੀ ਜਰਨੀ ਤੋਂ ਬਾਅਦ 6 ਸਤੰਬਰ 1833 ਨੂੰ ਭਾਰਤ ਪਹੁੰਚਿਆ ਅਤੇ ਜਦੋਂ ਇਹ ਸਮਾਨ ਨੂੰ ਬਾਹਰ ਕੱਢਣ ਦੀ ਵਾਰੀ ਆਈ ਤਾਂ ਮਜ਼ਦੂਰ ਡਰ ਗਏ, ਉਹਨਾਂ ਨੇ ਮਨ੍ਹਾ ਕਰ ਦਿੱਤਾ ਕਿਉਂਕਿ ਉਹਨਾਂ ਨੂੰ ਲੱਗਿਆ ਕਿ ਇਹ ਸਾਰਾ ਸਮਾਨ ਸ਼ਰਾਬਿਤ ਹੈ। ਉਸ ਸਮੇਂ ਜ਼ਿਆਦਾ ਨੌਲੇਜ ਨਾ ਹੋਣ ਕਰਕੇ ਉਹ ਇਸ ਚੀਜ਼ ਤੋਂ ਦੂਰ ਭੱਜ ਰਹੇ ਸੀ ਕਿਉਂਕਿ ਸਾਰੇ ਸਮਾਨ ਵਿੱਚੋਂ ਧੂੰਆਂ ਨਿਕਲ ਰਿਹਾ ਸੀ ਅਤੇ ਉਹ ਇਸ ਤੋਂ ਬਹੁਤ ਜ਼ਿਆਦਾ ਡਰ ਗਏ। ਪਰ ਜ਼ਿਆਦਾ ਪੈਸਿਆਂ ਦੇ ਲਾਲਚ ਵਿੱਚ ਉਹਨਾਂ ਨੇ ਇਹ ਸਮਾਨ ਉਤਾਰਿਆ ਅਤੇ ਇਹ ਸਮਾਨ ਸੀ ਬਰਫ਼ ਜੋ US ਤੋਂ ਇੰਡੀਆ ਪਹੁੰਚੀ ਸੀ ਕਿਉਂਕਿ ਉਸ ਸਮੇਂ ਸਾਡੇ ਕੋਲ ਫਰਿੱਜ ਨਹੀਂ ਹੁੰਦੇ ਸੀ। ਇਹ ਸ਼ਿਪ ਗੋਰਿਆਂ ਨੇ ਆਪਣੇ ਲਈ ਮੰਗਵਾਈ ਸੀ ਅਤੇ ਇਸ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ ਫਰੈਡਰਿਕ ਟੂਡੋਰ ਨੂੰ। ਸੋ ਉਸ ਦੇ ਸਾਹਮਣੇ ਬਰਫ਼ ਨੂੰ ਪਿਘਲਣ ਤੋਂ ਬਚਾਉਣ ਲਈ ਬਹੁਤ ਵੱਡੀ ਮੁਸ਼ਕਲ ਸੀ। ਤੁਹਾਨੂੰ ਦੱਸ ਦਈਏ ਕਿ ਉਸ ਸਮੇਂ US ਤੋਂ ਹੋਰ ਨੇੜੇ ਦੇ ਦੇਸ਼ਾਂ ਨੂੰ ਬਰਫ਼ ਜ਼ਰੂਰ ਭੇਜੀ ਜਾਂਦੀ ਸੀ ਪਰ ਇੰਡੀਆ ਜਿੰਨੀ ਦੂਰ ਇਹ ਪਹਿਲੀ ਵਾਰ ਭੇਜ ਰਹੇ ਸੀ। ਉਸ ਸਮੇਂ ਬਰਫ਼ ਨੂੰ ਪਿਘਲਣ ਤੋਂ ਬਚਾਉਣ ਲਈ ਫੂਸ ਦਾ ਇਸਤੇਮਾਲ ਕੀਤਾ ਜਾਂਦਾ ਰਿਹਾ ਹੈ ਪਰ ਇੰਡੀਆ ਤੱਕ ਬਰਫ਼ ਲਈ ਕੋਈ ਹੋਰ ਵਧੀਆ ਆਈਸੋਲੇਟਰ ਦੀ ਜ਼ਰੂਰਤ ਸੀ ਅਤੇ ਉਹ ਆਈਸੋਲੇਟਰ ਉਸ ਸਮੇਂ ਬਣਿਆ ਲੱਕੜੀ ਦਾ ਬਰੂਦਾ। ਇਸ ਬਰੂਦੇ ਦੀ 1 ਫੁੱਟ ਮੋਟੀ ਲੇਅਰ ਨੂੰ ਦੋਨੋਂ ਪਾਸੇ ਤੋਂ ਫੱਟਿਆਂ ਨਾਲ ਬੰਦ ਕਰਕੇ 4 ਕੰਟੇਨਰ ਬਣਾ ਲਿਆ ਅਤੇ ਉਸ ਵਿੱਚ 29,000 ਕਿਲੋਮੀਟਰ ਦੂਰ US ਤੋਂ ਇੰਡੀਆ 180 ਟਨ ਬਰਫ਼ ਭੇਜੀ ਗਈ ਜਿਸ ਵਿੱਚੋਂ 100 ਟਨ ਬਰਫ਼ ਹੀ ਇੰਡੀਆ ਤੱਕ ਪਹੁੰਚੀ ਜੋ ਕਿ ਉਸ ਸਮੇਂ ਦੇ ਹਿਸਾਬ ਨਾਲ ਬਹੁਤ ਵੱਡੀ ਗੱਲ ਹੈ। ਸੋ ਅੱਗੇ ਗੱਲ ਕਰਦੇ ਹਾਂ ਸ਼ਿਮਲਾ ਮਿਰਚ ਨੂੰ। ਸ਼ਿਮਲਾ ਮਿਰਚ ਕਿਉਂ ਕਿਹਾ ਜਾਂਦਾ ਹੈ? ਕੀ ਇਹ ਸ਼ਿਮਲੇ ਤੋਂ ਬਣੀ ਸੀ ਪਰ ਫਿਰ ਇਸ ਨੂੰ ਕੈਪਸੀਕਮ ਕਿਉਂ ਕਿਹਾ ਜਾਂਦਾ ਹੈ? ਹੁਣ ਕੈਪਸੀਕਮ ਦੀ ਪੰਜਾਬੀ ਜਾਂ ਹਿੰਦੀ ਸ਼ਿਮਲਾ ਮਿਰਚ ਹੀ ਕਿਉਂ ਹੈ? ਇਸ ਵਿੱਚ ਸ਼ਿਮਲੇ ਦਾ ਕੀ ਰੋਲ ਹੈ? ਸੋ ਇਸ ਦੇ ਪਿੱਛੇ ਦੀ ਅਸਲ ਕਹਾਣੀ ਇਹ ਹੈ ਕਿ ਜਦੋਂ ਅੰਗਰੇਜ਼ ਭਾਰਤ ਆਏ ਸੀ ਤਾਂ ਉਹ ਆਪਣੇ ਨਾਲ ਕੈਪਸੀਕਮ ਦੇ ਬੀਜ ਲੈ ਕੇ ਆਏ ਸੀ ਅਤੇ ਉਹਨਾਂ ਨੇ ਪੂਰੇ ਭਾਰਤ ਵਿੱਚ ਅਲੱਗ ਅਲੱਗ ਥਾਵਾਂ 'ਤੇ ਇਸ ਨੂੰ ਉਗਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਸਫਲ ਨਹੀਂ ਹੋ ਸਕੇ ਕਿਉਂਕਿ ਉਹਨਾਂ ਨੂੰ ਇਸ ਲਈ ਸਹੀ ਮੌਸਮ ਨਹੀਂ ਮਿਲਿਆ ਸੀ। ਪਰ ਸ਼ਿਮਲੇ ਵਿੱਚ ਜਦੋਂ ਉਹਨਾਂ ਨੇ ਇਸ ਨੂੰ ਉਗਾ ਕੇ ਦੇਖਿਆ ਤਾਂ ਉਹ ਸਫਲ ਰਹੇ ਕਿਉਂਕਿ ਉੱਥੇ ਕੈਪਸੀਕਮ ਲਈ ਸਹੀ ਮੌਸਮ ਸੀ ਅਤੇ ਸ਼ਿਮਲੇ ਦਾ ਮੌਸਮ ਤਾਂ ਵੈਸੇ ਹੀ ਬਹੁਤ ਕਮਾਲ ਦਾ ਹੈ। ਅਤੇ ਇਸ ਤੋਂ ਬਾਅਦ ਫਿਰ ਇਹ ਕੈਪਸੀਕਮ ਇੰਡੀਆ ਅਤੇ ਅੱਜ ਦੇ ਪਾਕਿਸਤਾਨ ਵਿੱਚ ਉੱਥੋਂ ਹੀ ਲਿਆ ਕੇ ਭੇਜੀ ਜਾਂਦੀ ਸੀ ਅਤੇ ਇਹ ਸਵਾਦ ਵਿੱਚ ਥੋੜ੍ਹੀ ਤਿੱਖੀ ਸੀ ਇਸ ਕਰਕੇ ਇਸ ਨੂੰ ਮਿਰਚ ਕਿਹਾ ਜਾਣ ਲੱਗਿਆ ਅਤੇ ਸ਼ਿਮਲੇ ਵਿੱਚ ਉੱਗਣ ਕਰਕੇ ਇਸ ਨੂੰ ਨਾਮ ਮਿਲਿਆ ਸ਼ਿਮਲਾ ਮਿਰਚ। ਇਸ ਨੂੰ ਪਹਾੜਾਂ ਵਿੱਚ ਉੱਗਣ ਕਾਰਨ ਪਹਾੜੀ ਮਿਰਚ ਵੀ ਕਿਹਾ ਜਾਣ ਲੱਗਾ ਪਰ ਬਾਅਦ ਵਿੱਚ ਫਿਰ ਵਿਗਿਆਨੀਆਂ ਨੇ ਹੌਲੀ ਹੌਲੀ ਇਸ ਦੇ ਬੀਜਾਂ ਤੋਂ ਰਿਸਰਚ ਕਰਕੇ ਇਸ ਨੂੰ ਭਾਰਤ ਵਿੱਚ ਹੋਰ ਬਹੁਤ ਸਾਰੀਆਂ ਥਾਵਾਂ 'ਤੇ ਉੱਗਣ ਲਈ ਸੈੱਟ ਕਰ ਦਿੱਤਾ ਅਤੇ ਅੱਜ ਇਹ ਆਮ ਹੀ ਬਹੁਤ ਥਾਵਾਂ 'ਤੇ ਉਗਾ ਲਈ ਜਾਂਦੀ ਹੈ ਪਰ ਉਸ ਸਮੇਂ
ਸਮੇਂ ਇਹ ਸਪੈਸ਼ਲ ਸ਼ਿਮਲੇ ਵਿੱਚ ਹੀ ਉੱਗਦੀ ਸੀ ਕਿਉਂਕਿ ਉਸ ਸਮੇਂ ਇਸ ਲਈ ਵੈਦਰ ਸ਼ਿਮਲੇ ਦਾ ਬੈਸਟ ਸੀ ਅਤੇ ਅੱਜ ਵੀ ਹਿਮਾਚਲ ਦਾ ਵੈਦਰ ਨੇਚਰ ਦੇ ਬਹੁਤ ਜ਼ਿਆਦਾ ਕਰੀਬ ਹੈ। ਸੋ ਅੱਗੇ ਗੱਲ ਕਰਦੇ ਹਾਂ ਕਰੂਜ਼ ਮੋਡ ਜੋ ਕਿ ਅੱਜ ਦੇ ਸਮੇਂ ਹਰ ਇੱਕ ਗੱਡੀ ਵਿੱਚ ਆਮ ਹੀ ਦੇਖਣ ਨੂੰ ਮਿਲ ਜਾਂਦਾ ਹੈ ਜਿਸ ਵਿੱਚ ਅਸੀਂ ਬਸ ਰੇਸ ਸੈੱਟ ਕਰਕੇ ਬੈਠ ਜਾਂਦੇ ਹਾਂ। ਇਸ ਦੀ ਖੋਜ ਰਾਲਫ ਟਿਟੋਰ ਨੇ ਕੀਤੀ ਸੀ। ਇਸ ਨੇ 1945 ਵਿੱਚ ਇਸ ਨੂੰ ਖੋਜਿਆ ਸੀ। ਇਹ ਆਟੋਮੈਟਿਕ ਗੱਡੀਆਂ ਵੱਲ ਵਧਣ ਦਾ ਪਹਿਲਾ ਸਟੈਪ ਸੀ ਕਿਉਂਕਿ ਗੇਅਰ ਵਾਲੀਆਂ ਗੱਡੀਆਂ ਵਿੱਚ ਇਹ ਇੰਨਾ ਕਾਮਯਾਬ ਨਹੀਂ ਸੀ। ਅਤੇ ਸਭ ਤੋਂ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਰਾਲਫ ਟਿਟੋਰ ਅਸਲ ਵਿੱਚ ਪੂਰੀ ਤਰ੍ਹਾਂ ਅੰਨਾ ਸੀ। ਇਸ ਨੇ ਆਪਣੇ ਵਕੀਲ ਦੋਸਤ ਦੀ ਖਰਾਬ ਡਰਾਈਵ ਨੂੰ ਦੇਖਦੇ ਹੋਏ ਇਸ ਦੀ ਇਨਵੈਂਸ਼ਨ ਕੀਤੀ ਸੀ। ਸੋ ਇਹ ਬੰਦੇ ਨੇ ਨਾ ਦੇਖਣ ਦੇ ਬਾਵਜੂਦ ਵੀ ਇੰਨੀ ਵੱਡੀ ਇਨਵੈਂਸ਼ਨ ਕਰ ਦਿੱਤੀ, ਪਰ ਅੱਜ ਲੋਕ ਸਭ ਕੁਝ ਹੁੰਦੇ ਹੋਏ ਵੀ ਇਹ ਐਕਸਕਿਊਜ਼ ਦਿੰਦੇ ਰਹਿੰਦੇ ਨੇ ਕਿ ਜੇ ਮੇਰੇ ਕੋਲ ਉਹ ਚੀਜ਼ ਹੁੰਦੀ ਤਾਂ ਮੈਂ ਤਰੱਕੀ ਜ਼ਿਆਦਾ ਕਰ ਲੈਣੀ ਸੀ, ਮੈਂ ਕਾਮਯਾਬ ਜ਼ਿਆਦਾ ਹੋ ਜਾਣਾ ਸੀ। ਸੋ ਅੱਗੇ ਗੱਲ ਕਰਦਿਆਂ 1960 ਵਿੱਚ ਟੌਮ ਮੋਨਾਹਨ ਨੇ ਡੋਮਿਨਿਕਸ ਨਾਮ ਦੇ ਇੱਕ ਰੈਸਟੋਰੈਂਟ ਨੂੰ US ਵਿੱਚ ਓਪਨ ਕੀਤਾ ਅਤੇ 1965 ਵਿੱਚ ਦੋ ਹੋਰ ਜਗ੍ਹਾਵਾਂ 'ਤੇ ਡੋਮਿਨਿਕਸ ਪੀਜ਼ਾ ਦੇ ਰੈਸਟੋਰੈਂਟ ਓਪਨ ਕੀਤੇ ਗਏ, ਪਰ ਉਸਦੇ ਪੀਜ਼ਾ ਡਿਲੀਵਰੀ ਕਰਨ ਵਾਲੇ ਨੇ ਉਸ ਨੂੰ ਡੋਮੀਨੋਜ਼ ਨਾਮ ਦੱਸਿਆ ਅਤੇ ਟੌਮ ਨੇ ਡੋਮਿਨਿਕਸ ਦੀ ਜਗ੍ਹਾ ਡੋਮੀਨੋਜ਼ ਕਰ ਦਿੱਤਾ ਅਤੇ ਹੁਣ ਡੋਮਿਨਿਕਸ ਦੇ ਲੋਗੋ ਵਿੱਚ ਇਹ ਜੋ 3 ਡੌਟ ਨੇ, ਜੋ ਬਿੰਦੀਆਂ ਨੇ, ਇਸ ਦੇ ਪਿੱਛੇ ਦੀ ਕਹਾਣੀ ਇਹ ਹੈ ਕਿ ਇਹਨਾਂ ਨੇ ਸੋਚਿਆ ਸੀ ਕਿ ਅਸੀਂ ਜਿੰਨੇ ਰੈਸਟੋਰੈਂਟ ਵਧਾਉਂਦੇ ਜਾਵਾਂਗੇ ਓਨੇ ਹੀ ਡੌਟ ਇਸ ਲੋਗੋ ਦੇ ਵਿੱਚ ਐਡ ਕਰਦੇ ਜਾਵਾਂਗੇ, ਪਰ ਕੁਝ ਸਾਲਾਂ ਵਿੱਚ ਇਹਨਾਂ ਦੇ ਰੈਸਟੋਰੈਂਟ ਇੰਨੀ ਸਪੀਡ ਵਿੱਚ ਵਧੇ ਕਿ ਅੱਜ ਪੂਰੀ ਦੁਨੀਆ ਵਿੱਚ ਡੋਮੀਨੋਜ਼ ਦੇ 12,000 ਤੋਂ ਵੱਧ ਆਊਟਲੈਟ ਨੇ। ਸੋ ਇੰਨੇ ਡੌਟ ਫਿਰ ਇਹ ਲੋਗੋ ਵਿੱਚ ਕਿਵੇਂ ਲਾਉਂਦੇ? ਇੰਨੇ ਡੌਟ ਲਗਾਉਣੇ ਲੋਗੋ ਵਿੱਚ ਸਹੀ ਨਹੀਂ ਸੀ। ਸੋ ਇਸ ਕਰਕੇ ਫਿਰ ਇਹਨਾਂ ਨੇ ਪਹਿਲੇ ਜੋ 3 ਆਊਟਲੈਟ ਸੀ ਉਹਨਾਂ ਦੇ ਸਿੰਬਲ ਦੇ ਤੌਰ 'ਤੇ ਹੀ ਡੋਮੀਨੋਜ਼ ਲੋਗੋ ਵਿੱਚ 3 ਡੌਟ ਹੀ ਰੱਖੇ। ਸੋ ਅੱਗੇ ਗੱਲ ਕਰਦੇ ਹਾਂ IVF ਦੀ, ਇਨ ਵਿਟਰੋ ਫਰਟੀਲਾਈਜੇਸ਼ਨ। ਸੋ IVF ਤਕਨੀਕ ਦੀ ਸ਼ੁਰੂਆਤ 1978 ਵਿੱਚ ਇੰਗਲੈਂਡ ਦੇ ਰਹਿਣ ਵਾਲੇ ਪੈਟ੍ਰਿਕ ਸਟੈਪਟੋਸ ਅਤੇ ਸਰ ਰੋਬਰਟ ਐਡਵਰਡਸ ਨੇ ਕੀਤੀ ਸੀ ਅਤੇ ਜੋ ਇਸ ਤਕਨੀਕ ਨਾਲ ਸਭ ਤੋਂ ਪਹਿਲਾ ਬੱਚਾ ਪੈਦਾ ਹੋਇਆ ਸੀ ਉਹ ਸੀ ਲੂਇਸ ਬ੍ਰਾਨ, ਜੋ 1978 ਵਿੱਚ ਪੈਦਾ ਹੋਇਆ ਸੀ। ਇਸ ਨੂੰ ਸੁਪਰ ਬੇਬੀ ਵੀ ਕਿਹਾ ਜਾਂਦਾ ਸੀ ਅਤੇ ਹੁਣੇ ਹੁਣੇ ਜਿਵੇਂ ਸਿੱਧੂ ਪਰਿਵਾਰ ਵੱਲੋਂ ਵੀ ਇਹ ਤਕਨੀਕ ਅਪਣਾਈ ਗਈ ਹੈ। ਸੋ ਇਹ IVF ਪ੍ਰੋਸੈਸ ਹੈ ਕੀ ਹੈ, ਕਿਵੇਂ ਵਰਕ ਕਰਦਾ ਹੈ, ਸੋ ਇਸ ਬਾਰੇ ਸੌਖੇ ਸ਼ਬਦਾਂ ਵਿੱਚ ਸਮਝਾਂਗੇ। ਸੋ 2019 ਵਿੱਚ ਅਕਸ਼ੇ ਕੁਮਾਰ ਅਤੇ ਦਲਜੀਤ ਦੋਸਾਂਝ ਦੀ ਇੱਕ ਮੂਵੀ ਆਈ ਸੀ ਗੁੱਡ ਨਿਊਜ਼। ਉਸ ਵਿੱਚ ਦੋ ਕਪਲਸ ਹੁੰਦੇ ਨੇ ਅਤੇ ਦੋਨੋਂ IVF ਦਾ ਸਹਾਰਾ ਲੈਂਦੇ ਨੇ ਬੱਚਾ ਪੈਦਾ ਕਰਨ ਲਈ ਅਤੇ ਜਿਨ੍ਹਾਂ ਨੇ ਇਹ ਮੂਵੀ ਵੇਖੀ ਹੈ ਉਹਨਾਂ ਨੂੰ ਥੋੜ੍ਹਾ ਇਸ ਬਾਰੇ ਨੌਲੇਜ ਵੀ ਹੋਵੇਗੀ। ਸੋ ਕਹਿਣ ਦਾ ਭਾਵ ਕਿ ਜਦੋਂ ਬੱਚਾ ਹੋਣ ਦਾ ਪ੍ਰੋਸੈਸ ਨੈਚੁਰਲ ਨਹੀਂ ਹੋ ਸਕਦਾ, ਚਾਹੇ ਪੁਰਸ਼ ਦੇ ਸ਼ੁਕਰਾਣੂਆਂ ਵਿੱਚ ਕਮੀ ਹੋਵੇ ਜਾਂ ਵੂਮੈਨਸ ਦੇ ਐਗ ਦੀ ਕਮੀ ਹੋਵੇ ਜਾਂ ਫਿਰ ਬਹੁਤ ਸਮੇਂ ਤੋਂ ਇਹ ਕੋਈ ਪ੍ਰੋਬਲਮ ਚੱਲਦੀ ਆ ਰਹੀ ਹੋਵੇ ਅਤੇ ਹੋਰ 100 ਤਰ੍ਹਾਂ ਦੀਆਂ ਇਸ ਵਿੱਚ ਪ੍ਰੋਬਲਮਸ ਹੁੰਦੀਆਂ ਨੇ ਜਿਨ੍ਹਾਂ ਦੇ ਚੱਲਦੇ ਅੱਜ ਕੱਲ੍ਹ IVF ਦੀ ਤਕਨੀਕ ਦਾ ਸਹਾਰਾ ਲਿਆ ਜਾ ਸਕਦਾ ਹੈ। ਇਸ ਨੂੰ ਆਮ ਭਾਸ਼ਾ ਵਿੱਚ ਟੈਸਟ ਟਿਊਬ ਬੇਬੀ ਵੀ ਕਿਹਾ ਜਾਂਦਾ ਹੈ। ਇਹ ਇੱਕ ਆਧੁਨਿਕ ਤਕਨੀਕ ਹੈ ਜਿਸ ਵਿੱਚ ਔਰਤ ਦੇ ਐਗ ਦਾ ਫਰਟੀਲਾਈਜੇਸ਼ਨ ਪੁਰਸ਼ ਦੇ ਸਪਰਮ ਨਾਲ ਲੈਬ ਵਿੱਚ ਕਰਵਾਇਆ ਜਾਂਦਾ ਹੈ ਅਤੇ ਫਿਰ ਉਸ ਤੋਂ ਬਾਅਦ ਇਸ ਤੋਂ ਬਣਨ ਵਾਲੇ ਭਰੂਣ ਨੂੰ ਔਰਤ ਦੇ ਅੰਦਰ ਰੱਖ ਦਿੱਤਾ ਜਾਂਦਾ ਹੈ। ਇਹ ਸਾਰਾ ਪ੍ਰੋਸੈਸ ਲੈਬ ਵਿੱਚ ਹੀ ਹੁੰਦਾ ਹੈ। IVF 3 ਪੜਾਅ ਵਿੱਚ ਹੁੰਦਾ ਹੈ। ਸਭ ਤੋਂ ਪਹਿਲਾਂ ਔਰਤ ਦੇ ਅੰਦਰ ਐਗ ਦੀ ਗਰੋਥ ਦੇਖੀ ਜਾਂਦੀ ਹੈ ਕਿ ਐਗ ਕਿੰਨੇ ਕੁ ਮਚਿਓਰ ਨੇ। ਇਹ ਪ੍ਰੋਸੈਸ ਤੋਂ ਪਹਿਲਾਂ ਕੁਝ ਇੰਜੈਕਸ਼ਨ ਅਤੇ ਦਵਾਈਆਂ ਨਾਲ ਐਗ ਨੂੰ ਮਚਿਓਰ ਵੀ ਕੀਤਾ ਜਾਂਦਾ ਹੈ ਅਤੇ ਦੂਜੇ ਪੜਾਅ ਵਿੱਚ ਇਹਨਾਂ ਐਗਸ ਨੂੰ ਬਾਹਰ ਕੱਢ ਕੇ ਲੈਬ ਵਿੱਚ ਪੁਰਸ਼ ਦੇ ਸ਼ੁਕਰਾਣੂਆਂ ਨਾਲ ਫਰਟੀਲਾਈਜ਼ ਕੀਤਾ ਜਾਂਦਾ ਹੈ ਅਤੇ ਤੀਜਾ ਪੜਾਅ ਹੁੰਦਾ ਹੈ ਐਮਬ੍ਰੀਓ ਟ੍ਰਾਂਸਫਰ ਦਾ, ਮਤਲਬ ਜੋ ਹੁਣ ਇਹਨਾਂ ਦੋਨਾਂ ਨੂੰ ਮਿਲ ਕੇ ਭਰੂਣ ਤਿਆਰ ਹੁੰਦਾ ਹੈ ਉਸ ਨੂੰ ਔਰਤ ਦੀ ਕੁੱਖ ਵਿੱਚ ਰੱਖਿਆ ਜਾਂਦਾ ਹੈ ਅਤੇ ਇਸ ਨੂੰ ਅੰਦਰ ਟ੍ਰਾਂਸਫਰ ਕਰਨ ਤੋਂ ਪਹਿਲਾਂ 3 ਤੋਂ 5 ਦਿਨ ਲੈਬ ਵਿੱਚ ਟੈਸਟ ਕੀਤਾ ਜਾਂਦਾ ਹੈ ਅਤੇ ਇਹ ਪ੍ਰੋਸੈਸ ਦੌਰਾਨ ਟੈਸਟ ਕਰਕੇ ਸਭ ਤੋਂ ਵਧੀਆ ਐਗ ਅਤੇ ਸ਼ੁਕਰਾਣੂਆਂ ਨੂੰ ਲਿਆ ਜਾਂਦਾ ਹੈ। ਸੋ ਇਹ ਸਾਰਾ ਕੰਮ ਮੈਨੂਅਲੀ ਹੋਣ ਕਰਕੇ ਇਸ ਵਿੱਚ ਜ਼ਿਆਦਾ ਸੰਭਾਵਨਾਵਾਂ ਟਵਿੰਸ ਦੀਆਂ ਵੀ ਹੁੰਦੀਆਂ ਨੇ ਕਿਉਂਕਿ ਇੱਥੇ 1 ਤੋਂ ਜ਼ਿਆਦਾ ਸ਼ੁਕਰਾਣੂ ਫਰਟੀਲਾਈਜ਼ ਕਰਵਾਏ ਜਾਂਦੇ ਨੇ। ਇਹ ਪ੍ਰੋਸੈਸ ਦਾ ਖਰਚ ਹਰ ਇੱਕ ਮਰੀਜ਼ ਦੇ ਹਿਸਾਬ ਨਾਲ ਅਲੱਗ ਅਲੱਗ ਹੁੰਦਾ ਹੈ ਅਤੇ ਜੇਕਰ ਐਵਰੇਜ ਕੋਸਟ ਦੇਖੀਏ ਤਾਂ 1 ਲੱਖ ਤੋਂ 2-3 ਲੱਖ ਤੱਕ ਹੋ ਸਕਦੀ ਹੈ। ਲੈਬ
ਵਿੱਚ ਵੀ ਇੱਕ ਆਰਟੀਫੀਸ਼ੀਅਲ ਕੋਕ ਹੁੰਦੀ ਹੈ ਜਿਸ ਵਿੱਚ ਕੁਝ ਸਮੇਂ ਲਈ ਐਮਬ੍ਰੀਓ ਨੂੰ ਰੱਖਿਆ ਜਾਂਦਾ ਹੈ। ਸੁਇਸ ਦਾ ਇੰਡੀਆ ਵਿੱਚ ਲੀਗਲ ਏਜ ਗਰੁੱਪ ਦੱਸਿਆ ਜਾਂਦਾ ਹੈ 21 ਤੋਂ 50 ਸਾਲ। ਸੋ ਅੱਗੇ ਗੱਲ ਕਰਦੇ ਹਾਂ, ਜਿਵੇਂ ਫੋਟੋ ਵਿੱਚ ਰਣਵੀਰ ਸਿੰਘ ਤੇ ਮਾਰਕ ਜ਼ੁਕਰਬਰਗ ਦਿਸ ਰਹੇ ਨੇ, ਸੋ ਇਹਨਾਂ ਦੇ ਕੱਪੜੇ ਨੋਟਿਸ ਕਰੋ। ਜਿੱਥੇ ਰਣਵੀਰ ਮੁਸ਼ਕਲ ਨਾਲ ਕੱਪੜੇ ਰਿਪੀਟ ਕਰਦਾ ਦੇਖਿਆ ਗਿਆ ਹੈ, ਉੱਥੇ ਹੀ ਮਾਰਕ ਸਾਲਾਂ ਤੋਂ ਸੇਮ ਕਲਰ ਦੇ ਕੱਪੜੇ ਹੀ ਪਾਉਂਦਾ ਹੈ। ਤੇ ਉਹ ਤਾਂ ਤੁਹਾਨੂੰ ਪਤਾ ਹੈ ਕਿਉਂ ਪਾਉਂਦਾ ਹੈ, ਕਿਉਂਕਿ ਉਹ ਕੱਪੜੇ ਸਿਲੈਕਟ ਕਰਨ ਵਿੱਚ ਟਾਈਮ ਵੇਸਟ ਨਹੀਂ ਕਰਨਾ ਚਾਹੁੰਦਾ। ਤੇ ਰਣਵੀਰ ਦੇ ਕੱਪੜੇ ਖੁਦ ਕੱਪੜੇ ਦਾ ਬ੍ਰਾਂਡ ਦੱਸਦੇ ਨੇ ਤੇ ਮਾਰਕ ਦੇ ਕੱਪੜੇ ਤੇ ਛੋਟਾ ਜਿਹਾ ਬ੍ਰਾਂਡ ਦਾ ਟੈਗ ਵੀ ਨਹੀਂ ਦਿਖਦਾ। ਦੋਨਾਂ ਦੇ ਡਿਜ਼ਾਇਨ ਵਿੱਚ ਬਹੁਤ ਫਰਕ ਹੈ, ਇੱਕ ਦਾ ਭੜਕੀਲਾ ਡਿਜ਼ਾਇਨ ਹੈ ਤੇ ਦੂਜੇ ਦੇ ਹਲਕੇ ਡਿਜ਼ਾਇਨ ਦੇ ਨੇ। ਤੇ ਜੇਕਰ ਇਹਨਾਂ ਦੀ ਕੀਮਤ ਦੀ ਗੱਲ ਕਰੀਏ ਤਾਂ ਮਾਰਕ ਦੀ ਇੱਕ ਟੀ ਸ਼ਰਟ $300-$400 ਦੀ ਹੈ, ਜਿਸ ਨੂੰ ਸਪੈਸ਼ਲੀ ਬਰੂਨੈਲੋ ਕੁਚਨੀਲੀ ਨੇ ਡਿਜ਼ਾਇਨ ਕੀਤਾ ਹੈ। ਅਸਲ ਵਿੱਚ ਕੰਪਨੀਆਂ ਐਕਟਰ ਦੇ ਸਰੀਰ ਨੂੰ ਬਿੱਲ ਬੋਰਡ ਦੀ ਤਰ੍ਹਾਂ ਯੂਜ਼ ਕਰਦੀਆਂ ਨੇ। ਇਸ ਨੂੰ ਫਾਸਟ ਫੈਸ਼ਨ ਮੰਨਿਆ ਜਾਂਦਾ ਹੈ, ਜੋ ਆਏ ਦਿਨ ਚੇਂਜ ਹੁੰਦਾ ਹੈ। ਤੇ ਰਿਚ ਲੋਕਾਂ ਦਾ ਫੈਸ਼ਨ ਬਹੁਤ ਸਮੂਥ ਹੁੰਦਾ ਹੈ, ਜੋ ਜਨਰੇਸ਼ਨ ਟੂ ਜਨਰੇਸ਼ਨ ਚੱਲਦਾ ਹੈ। ਇਸ ਨੂੰ ਕੁਆਇਟ ਲਗਜ਼ਰੀ ਬੋਲਿਆ ਜਾਂਦਾ ਹੈ, ਇਸ ਲਈ ਐਕਸਟਰਾ ਰਿਚ ਬਹੁਤ ਸ਼ਾਂਤ ਫੈਸ਼ਨ ਕੈਰੀ ਕਰਦੇ ਨੇ। ਸੋ ਅੱਗੇ ਗੱਲ ਕਰਦੇ ਹਾਂ 5 ਸਭ ਤੋਂ ਬੇਸਿਕ ਮੈਨਰ ਜੋ ਸਭ ਨੂੰ ਸਿੱਖਣੇ ਚਾਹੀਦੇ ਨੇ। ਫੋਨ ਤੇ ਗੱਲ ਕਰਦੇ ਹੋਏ ਜੇ ਫੋਨ ਸਪੀਕਰ ਤੇ ਹੈ ਤਾਂ ਸਾਹਮਣੇ ਵਾਲੇ ਨੂੰ ਹਮੇਸ਼ਾ ਦੱਸੋ। ਦੂਜਾ, ਕਦੇ ਵੀ ਬੈਠੇ ਬੈਠੇ ਕਿਸੇ ਨਾਲ ਹੱਥ ਨਾ ਮਿਲਾਓ। ਤੀਜਾ, ਉਸ ਚੀਜ਼ ਦਾ ਕਦੇ ਵੀ ਆਖਰੀ ਪੀਸ ਨਾ ਖਾਓ ਜੋ ਖਾਣ ਵਾਲੀ ਚੀਜ਼ ਤੁਸੀਂ ਨਹੀਂ ਖਰੀਦੀ। ਤੇ ਚੌਥਾ, ਲਿਫਟ ਅੰਦਰ ਜਾਣ ਤੋਂ ਪਹਿਲਾਂ ਜੋ ਪਹਿਲਾਂ ਤੋਂ ਅੰਦਰ ਨੇ ਉਹਨਾਂ ਨੂੰ ਬਾਹਰ ਆਉਣ ਦਿਓ। ਤੇ ਪੰਜਵਾਂ, ਜੇ ਕੋਈ ਤੁਹਾਨੂੰ ਫੋਟੋ ਦੇਖਣ ਲਈ ਫੋਨ ਦੇਵੇ ਤਾਂ ਉਸ ਫੋਟੋ ਨੂੰ ਹੀ ਦੇਖ ਕੇ ਵਾਪਸ ਕਰ ਦਵੋ, ਕਦੇ ਵੀ ਲੈਫਟ ਰਾਈਟ ਕਰਕੇ ਹੋਰ ਫੋਟੋਆਂ ਨੂੰ ਨਾ ਦੇਖੋ। ਸੋ ਆਸ ਕਰਦੇ ਹਾਂ ਕਿ ਤੁਸੀਂ ਚੰਗੀ ਤਰ੍ਹਾਂ ਸਮਝ ਗਏ ਹੋਵੋਗੇ। ਸੋ ਜੇਕਰ ਤੁਹਾਨੂੰ ਇਹ ਇਨਫੋਰਮੇਸ਼ਨ ਵਧੀਆ ਲੱਗੀ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ। ਸੋ ਹਰ ਰੋਜ਼ ਮੋਟੀਵੇਸ਼ਨ ਦਾ ਡੋਜ਼ ਲੈਣ ਲਈ ਸਾਨੂੰ ਫੇਸਬੁੱਕ, ਇੰਸਟਾਗ੍ਰਾਮ ਅਤੇ ਟਵਿੱਟਰ ਉੱਤੇ ਫੋਲੋ ਕਰ ਸਕਦੇ ਹੋ, ਅਤੇ ਸਪੋਟੀਫਾਈ 'ਤੇ ਵੀ ਰੈਗੂਲਰ ਕੰਟੈਂਟ ਜਾ ਰਿਹਾ, ਤੁਸੀਂ ਉੱਥੇ ਵੀ ਸੁਣ ਸਕਦੇ ਹੋ। ਅਤੇ ਨਵੇਂ ਦੋਸਤਾਂ ਨੂੰ ਬੇਨਤੀ ਹੈ ਕਿ ਹੋ ਸਕੇ ਤਾਂ ਚੈਨਲ ਸਬਸਕ੍ਰਾਈਬ ਕਰ ਲਿਓ ਅਤੇ ਨਾਲ ਦੀ ਨਾਲ ਬੈਲ ਦਾ ਬਟਨ ਜ਼ਰੂਰ ਦੱਬ ਲਿਓ ਤਾਂ ਜੋ ਸਾਡੀ ਨਵੀਂ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ। ਥੈਂਕ ਯੂ, ਧੰਨਵਾਦ।